सत श्री अकाल जी, मैं दिलबख्श सिंह मोरिंडा ते तुसी देख रहे हो लोक मसले चैनल सच की आवाज़, लोगों के हक की आवाज़। सहकारिता मंत्री सरदार सुखजिंदर सिंह जी रंधावा वालों मोरिंडे में इंडियन ऑयल के पंप का एक उद्घाटन किया गया, इस समय उन्होंने नाल कैबिनेट मंत्री सरदार चरणजीत सिंह जी चन्नी और उन्होंने आख्या कि आने वाले दिनों किसानों बहुत वड्डी सहूलत मिलने लई जा रही है कि इस पेट्रोल पंप तो गन्ने की काश्तकार जिहड़े कि इत्थे किसान आउणगे मिल दे विच उन्हां नूं उधार ये पेट्रोल पंप तो पेट्रोल या डीजल उधार दिता जाएगा। इस मौके आए हुए मेहमाना नूं इंडियन ऑयल के उच्च अधिकारियों वालों याद चिन्ह दे के सम्मानित किया गया। जदों इस सड़क बारे सरदार सुखजिंदर सिंह रंधावा नाल गल की गई तो उन्होंने आख्या कि गन्ने के सीजन तो पहला मोरिंडा कईनोर जी सड़क है उसनों पूरा किया जाएगा। पेश है इस उद्घाटन समारोह की साडे चैनल वालों खास रिपोर्ट। जिमें कि आप देखिए कि अज इस शहर के सहकारिता मंत्री जिला मंत्री सरदार सुखजिंदर सिंह जी रंधावा पेट्रोल पंप का जो उद्घाटन करके गए हैं, ये कह रहे हैं भी किसानों को बहुत वड्डा इस तो लाभ मिलेगा। साडे नाल ने बलजिंदर सिंह जी धालीवाल पिंड सहेड़ी तो उगे समाज सेवक भी ने, आप उन्होंने गल करा कि वो किस तरीके इसमें देखते हैं और की कहना चाहते हैं। अभी तो यही कहना चाहते हैं जोड़े शुगर मिल च लोग गन्ना लेके गन्ना काश्त आने हैं, उन्होंने एक तो रंधावा साहब ने क्रैडिट कार्ड से तेल देने का सुविधा जी की है, तो बाकी यह है भी जो जिमीदारों को पैसे नहीं है, पेमेंट नहीं आती, कई बार रुक जाती है पिछे तो वजह मतलब कोई प्रॉब्लम नहीं आऊगी, तेल लेना सौखा हो जाना लोगों उरे, उन्होंने क्रैडिट से मिल जूगा, गन्ने पैसा कट हो जूगा, जो गन्ने का पैसे रकम आऊगी ना उदो कट हो जूगा। इस करके वधिया बहुत वधिया शुगर मिल ने उपराला करिया किसान वास्ते, जिमीदार वास्ते, हर बंदे वास्ते ही वधिया जी। उरे वैसे भी बराना जहा पिया तो उरे वधिया हो गया, किसान तेल लऊगा खुश अपना, पैसे का होंगे ही नहीं किसी को, बुरा हाल है मिलते भी नहीं मिलते, वह भी वादा करे भी असं मिलते पैसे जोड़े बकाया रकम छेती से छेती
ਸ਼ੁਰੂ ਹੋਣ ਤੋਂ ਗੰਨਾ ਸੀਜ਼ਨ ਪਹਿਲਾਂ ਅਸੀਂ ਦੇਵਾਂਗੇ ਅਤੇ ਤੇਲ ਵੀ ਉਪਲਬਧ ਕਰਾਂਗੇ। ਬਾਕੀ ਗੱਲ ਰਹਿੰਦੀ ਸੜਕ ਦੀ ਹੈ, ਸ਼ੂਗਰ ਮਿੱਲ ਰੋਡ ਰੋਪੜ ਨੂੰ ਜਾਂਦੀ ਸੜਕ ਦੀ ਗੱਲ ਇਹ ਹੈ ਵੀ ਥੋੜ੍ਹੇ ਦਿਨਾਂ 'ਚ ਕੰਮ ਇਹਦਾ ਚਾਲੂ ਹੋ ਜੂਗਾ। ਰੰਧਾਵਾ ਸਾਹਿਬ ਨਾਲ ਆਪ ਵਾਅਦਾ ਕਰਕੇ ਗਏ ਹਾਂ ਵੀ ਇਹ ਸੜਕ ਦੀ ਜਿਹੜੀ ਦੁਰਦਸ਼ਾ ਜ਼ਿਆਦਾ ਖਰਾਬ ਸੀ ਉਹਦੇ ਕਰਕੇ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਸੜਕ ਦੀ ਜਿਹੜੀ ਦਸ਼ਾ ਉਹ ਸਹੀ ਕਰਕੇ ਲੋਕਾਂ ਨੂੰ ਰਾਹਤ ਦੇ ਭਾਵ ਮਹਿਸੂਸ ਹੋਣਗੇ ਅਤੇ ਰਾਹਤ ਮਿਲੂਗੀ ਲੋਕਾਂ ਨੂੰ। ਸਾਡੇ ਨਾਲ ਨੇ ਸਰਦਾਰ ਰਣਜੋਤ ਸਿੰਘ ਜੀ ਜੋਤੀ ਖਟੜਾ ਸਾਹਿਬ ਔਰ ਜਿਹੜੇ ਕਿ ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸੈਕਟਰੀ ਨੇ। ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਵੇਂ ਅੱਜ ਇਸ ਪੰਪ ਦਾ ਪੈਟਰੋਲ ਪੰਪ ਦਾ ਜਿਹੜਾ ਉਦਘਾਟਨ ਕੀਤਾ ਗਿਆ ਉਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅੱਜ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 3-4 ਜ਼ਿਲ੍ਹਿਆਂ ਦੇ ਕਿਸਾਨਾਂ ਵਾਸਤੇ ਜਿਹੜੇ ਇਸ ਖੰਡ ਮਿੱਲ ਮੋਰਿੰਡਾ ਨਾਲ ਜੁੜੇ ਹੋਏ ਹਾਂ ਸ਼ੂਗਰ ਮਿੱਲ ਨਾਲ, ਉਹਨਾਂ ਦੇ ਲਈ ਅੱਜ ਬੜਾ ਖੁਸ਼ੀਆਂ ਭਰਿਆ ਦੇਣ ਆ, ਕਿਉਂਕਿ ਇੱਕ ਤਾਂ ਸਾਡੀ ਬਹੁਤ ਦੇਰ ਦੀ ਕਿਸਾਨਾਂ ਦੀ ਮੰਗ ਸੀਗੀ ਵੀ ਪੂਰੇ ਕਿਸੇ ਬ੍ਰਾਂਡ ਦਾ ਕੰਪਨੀ ਦਾ ਆਪਣਾ ਪੈਟਰੋਲ ਪੰਪ ਡੀਜ਼ਲ ਜਿੱਥੇ ਉਹਨਾਂ ਨੂੰ ਪ੍ਰੋਵਾਈਡ ਹੋ ਸਕੇ ਉਹ ਮਿਲੇ, ਅਤੇ ਦੂਜੀ ਗੱਲ ਨਾਲ ਇਹਨਾਂ ਨੇ ਵਧੀਆ ਇਨੀਸ਼ੀਏਟਿਵ ਲਿਆ ਵੀ ਅੱਗੇ ਅਸੀਂ ਪੂਰੇ ਫਰਟੀਲਾਈਜ਼ਰ ਦਾ ਅਤੇ ਤੁਹਾਡੀਆਂ ਕਿਸਾਨਾਂ ਲਈ ਦਵਾਈਆਂ ਉਹਨਾਂ ਦਾ ਵੀ ਕੰਮ ਸ਼ੁਰੂ ਕਰ ਰਹੇ ਹਾਂ ਜਿਵੇਂ ਮੰਤਰੀ ਸਾਹਿਬ ਰੰਧਾਵਾ ਸਾਹਿਬ ਕਹਿ ਕੇ ਗਏ ਹਾਂ। ਸੋ ਇਸ ਲਈ ਕਿਸਾਨਾਂ ਲਈ ਬੜੀ ਖੁਸ਼ੀ ਵਾਲੀ ਗੱਲ ਆ ਅੱਜ ਵਾਸਤੇ ਕਿ ਇਹ ਸ਼ੁਰੂਆਤ ਚੰਗੀ ਹੋ ਰਹੀ ਆ, ਬਾਕੀ ਅੱਗੇ ਡੇ ਬਾਏ ਡੇ ਅੱਗੇ ਇਹ ਹੋਰ ਤਰੱਕੀ ਕਰੇ ਸਾਡੀ ਕਾਮਨਾ, ਅਤੇ ਮਿੱਲ ਹੋਰ ਤਰੱਕੀਆਂ ਵੱਲ ਜਿਵੇਂ ਉਹ ਕਹਿ ਕੇ ਗਏ ਹਾਂ ਵੀ ਜਿਹੜਾ ਇਹਦਾ ਨਵੀਨੀਕਰਨ ਵੀ ਕਰਨਾ, ਅਤੇ ਸਾਨੂੰ ਇਹ ਜਿਹੜਾ ਐਕਚੁਅਲ ਦੇ ਵਿੱਚ ਨਾ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਹੈ ਪਿਛਲੇ ਕਾਫੀ ਸਮੇਂ ਜਦੋਂ ਦੇ ਮਹਿਕਮੇ ਦੇ ਵਿੱਚ ਮੰਤਰੀ ਬਣਿਆ ਉਹਨਾਂ ਨੇ ਮਹਿਕਮੇ ਦੇ ਵਿੱਚ ਬਹੁਤ ਅੱਛਾ ਕੰਮ ਕਰਿਆ, ਚਾਹੇ ਉਹ ਮੈਂ ਇਕੱਲੇ ਮੋਰਿੰਡੇ ਦੀ ਗੱਲ ਨਹੀਂ ਕਰਦਾ ਪੂਰੇ ਪੰਜਾਬ ਵਾਸਤੇ ਵੀ ਬਹੁਤ ਅੱਛਾ ਕੰਮ ਕਰਿਆ, ਅਤੇ ਸਾਨੂੰ ਉਮੀਦ ਆ ਜਿਹੜੇ ਤਰੀਕੇ ਨਾਲ ਲੱਗੇ ਹੋਏ ਬਾਕੀ ਮਾਣਯੋਗ ਸਾਡੇ ਮੰਤਰੀ ਜੀ ਚਰਨਜੀਤ ਸਿੰਘ ਚੰਨੀ ਜੀ ਇਹਨਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ, ਅਤੇ ਇਹ ਚਾਹੇ ਚੀਫ ਮਿਨਿਸਟਰ ਤੱਕ ਗੱਲ ਜਿਹੜੀ ਵੀ ਆ ਮੋਰਿੰਡੇ ਦੇ ਉਹਦੇ ਸ਼ੂਗਰ ਮਿੱਲ ਵਾਸਤੇ ਜਾਂ ਜਿਹੜੀ ਵੀ ਸਾਡੇ ਹਲਕੇ ਵਾਸਤੇ ਲੋੜ ਰਹਿੰਦੀ ਹੈ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਹਰ ਇੱਕ ਮੰਤਰੀ ਨਾਲ ਦੇ ਰਾਬਤੇ ਵਿੱਚ ਰਹਿ ਕੇ ਅੱਛੀ ਡਿਵੈਲਪਮੈਂਟ ਕਰਾ ਰਹੇ ਹਾਂ।